ਮਾਂ ਦਾ ਦਰਜਾ ਅਤੇ ਮਾਂ ਦਾ ਰਿਸ਼ਤਾ ਸੰਸਾਰ ਵਿੱਚ ਸਭ ਤੋਂ ਅਹਿਮ ਹੁੰਦਾ ਹੈ। ਮਾਂ ਬੱਚੇ ਨੂੰ ਚੰਗੇ ਸੰਸਕਾਰ ਦਿੰਦੀ ਹੈ ਅਤੇ ਸਮਾਜ ਵਿੱਚ ਸਹੀ ਸੇਧ ਦੇ ਕੇ ਬੱਚੇ ਨੂੰ ਸਮਾਜ ਦਾ ਚੰਗਾ ਨਾਗਰਿਕ ਬਣਾਉਂਦੀ ਹੈ। ਮਾਤਾ ਗਿਆਨ ਕੌਰ ਜੀ ਵੀ ਸਮਾਜ ਦੀਆਂ ਅਜਿਹੀਆਂ ਹੀ ਮਾਵਾਂ ਵਿੱਚੋਂ ਸਨ। ਮਾਤਾ ਜੀ ਦੇ ਚੰਗੇ ਅਤੇ ਸੰਸਕਾਰੀ ਹੋਣ ਦਾ ਪਤਾ ਉਹਨਾਂ ਦੇ ਬੱਚਿਆਂ ਦੇ ਸੁਭਾਅ ਅਤੇ ਉਹਨਾਂ ਦੀ ਰਹਿਣੀ ਬਹਿਣੀ ਤੋਂ ਲੱਗਦਾ ਹੈ। ਆਪ ਜੀ ਦੇ ਬੇਟੇ ਬਹੁਤ ਹੀ ਸੰਸਕਾਰੀ ਹਨ, ਮਿੱਠ ਬੋਲੇ ਸੁਭਾਅ ਦੇ ਮਾਲਕ ਹਨ ਅਤੇ ਸਭਨਾਂ ਨਾਲ ਸੱਚੀ ਹਮਦਰਦੀ ਰੱਖਣ ਵਾਲੇ ਇਨਸਾਨ ਹਨ। ਆਪ ਜੀ ਦੇ ਬੇਟੇ ਨੰਬਰਦਾਰ ਗੁਰਦੀਪ ਸਿੰਘ ਜੀ ਪਿੰਡ ਦੇ ਸਰਪੰਚ ਵੀ ਰਹਿ ਚੁੱਕੇ ਹਨ ਅਤੇ ਮੌਜੂਦਾ ਸਮੇਂ ਵਿੱਚ ਲੋਹੀਆਂ ਦੇ ਬਲਾਕ ਸਮਿਤੀ ਮੈਂਬਰ ਹਨ। ਆਪ ਜੀ ਹਮੇਸ਼ਾ ਹੀ ਹਰ ਇੱਕ ਦੇ ਕੰਧੇ ਨਾਲ ਕੰਧਾ ਮਿਲਾ ਕੇ ਚੱਲਦੇ ਹਨ ਅਤੇ ਸਮਾਜ ਸੇਵਾ ਦੀ ਭਾਵਨਾ ਸਰਦਾਰ ਗੁਰਦੀਪ ਸਿੰਘ ਜੀ ਹੁਣਾਂ ਵਿੱਚ ਕੁੱਟ ਕੁੱਟ ਕੇ ਭਰੀ ਹੋਈ ਹੈ। ਸਭ ਤੋਂ ਵੱਡੀ ਗੱਲ, ਉਹ ਆਪਣੇ ਮਾਤਾ ਜੀ ਦੇ ਪਾਏ ਪੂਰਨਿਆਂ ਤੇ ਹਮੇਸ਼ਾ ਹੀ ਚੱਲਣ ਲਈ ਤਤਪਰ ਰਹਿੰਦੇ ਹਨ। ਸਰਦਾਰਨੀ ਗਿਆਨ ਕੌਰ ਹੁਣਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਵਿੱਚ ਨੰਬਰਦਾਰ ਸਰਦਾਰ ਗੁਰਦੀਪ ਸਿੰਘ ਸਰਪੰਚ, ਸਰਦਾਰਨੀ ਹਰਭਜਨ ਕੌਰ, ਸਰਦਾਰ ਸੁਖਬੀਰ ਸਿੰਘ ਜੂਕੇ, ਰਵਿੰਦਰ ਕੌਰ, ਗੁਰਪ੍ਰੀਤ ਸਿੰਘ USA, ਸਤਿੰਦਰ ਸਿੰਘ ਥਿੰਦ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੇ ਗ੍ਰਹਿ ਪਿੰਡ ਚੱਕੋਪੁਰ ਕਲਾਂ ਬਲਾਕ ਲੋਹੀਆਂ ਖਾਸ ਜਲੰਧਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਉੱਚ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਕੁਝ ਸ਼ਖਸੀਅਤਾਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਮਾਤਾ ਜੀ ਦਾ ਜਿਹੜਾ ਇਹ ਪਰਿਵਾਰ ਆ, ਬਹੁਤ ਦੂਰਅੰਦੇਸ਼ੀ ਸੋਚ ਵਾਲਾ ਪਰਿਵਾਰ ਆ। ਮੇਰੇ ਵੀਰ ਸਾਹਿਬ ਗੁਰਦੀਪ ਸਿੰਘ ਜੀ, ਬਲਾਕ ਸੰਮਤੀ ਮੈਂਬਰ ਸਾਹਿਬ, ਸਰਪੰਚ ਸਾਹਿਬ, ਤੁਸੀਂ ਸਾਰੇ ਲੋਕਾਂ ਨੇ ਬਣਾਇਆ। ਮੇਰਾ ਵੀਰ ਛੋਟਾ ਸੁਖਬੀਰ ਜਿਹੜਾ ਵਿਦੇਸ਼ ਦੇ ਵਿੱਚ UK ਦੀ ਧਰਤੀ 'ਤੇ ਆਪਣੀ ਦਸਾਂ ਨੌਂ ਦੀ ਕਮਾਈ ਕਰਨ ਪਹੁੰਚਿਆ, ਕਿਉਂਕਿ ਆ ਸਾਡੇ ਪੰਜਾਬੀ ਜਿਹੜੇ ਲੋਕ ਆ, ਅਸੀਂ ਸਾਡੇ ਖੂਨ ਦੇ ਵਿੱਚ ਜਜ਼ਬਾ, ਕਿਉਂਕਿ ਇਹ ਬਜ਼ੁਰਗਾਂ ਦੇ ਜਿਹੜੀ ਸੋਚ ਆ ਅਸੀਂ ਉਹਨੂੰ ਜਦੋਂ ਵਧਾਉਂਦੇ ਹਾਂ ਉਹਦੇ ਨਾਲ ਮਾਪਿਆਂ ਨੂੰ ਵੀ ਖੁਸ਼ੀ ਮਿਲਦੀ ਆ। ਇਹ ਸਾਰੀਆਂ ਸੰਗਤਾਂ ਜਿੰਨੀਆਂ ਵੀ ਨਗਰ ਨਿਵਾਸੀ, ਇਲਾਕਾ ਨਿਵਾਸੀ, ਰਿਸ਼ਤੇਦਾਰ, ਸੱਜਣ ਮਿੱਤਰ, ਹੋਰ ਜਿੰਨੀਆਂ ਵੀ ਸ਼ਕਤਾਂ ਇੱਥੇ ਪਹੁੰਚੀਆਂ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ।